ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਅਤੇ ਜਨਮ ਦਿਨ ਜਿਹੜਾ ਆਪਾਂ ਮਨਾ ਰਹੇ ਹਾਂ ਉਹਦੇ ਵਾਸਤੇ ਤਿਆਰੀਆਂ ਬਹੁਤ ਜ਼ੋਰਾਂ 'ਤੇ ਹੈ। ਬਹੁਤ ਅੱਛੇ ਪ੍ਰਬੰਧ ਹੋ ਰਹੇ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪੰਡਾਲ ਬਣ ਰਿਹਾ ਹੈ ਜਿਹਦੇ ਵਿੱਚ ਸੰਗਤਾਂ ਨੇ ਬੈਠਣਾ ਹੈ, 50,000 ਸੰਗਤ ਇਹਦੇ ਵਿੱਚ ਬੈਠ ਸਕਦੀ ਹੈ ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣ ਗਿਆ ਸੰਗਤਾਂ ਦੇ ਦੇਖਣ ਵਾਸਤੇ। ਬਹੁਤ ਹੀ ਖੂਬਸੂਰਤ ਇੱਕ ਮਹਿਲ ਟੈਪ ਇੱਕ ਗੁਰਦੁਆਰਾ ਗੁਰਦੁਆਰੇ ਦੇ ਵਾਂਗੂ ਇਹ ਪੰਡਾਲ ਬਣ ਰਿਹਾ ਹੈ ਅਤੇ ਬਹੁਤ ਸੰਗਤ ਹੁਣੀ ਤੋਂ ਇਹਨੂੰ ਦੇਖਣ ਆਉਣ ਲੱਗ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕਰਕੇ ਇੱਕ ਬਹੁਤ ਸ਼ਾਨਦਾਰ ਪੰਡਾਲ ਇੱਥੇ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਸੁਲਤਾਨਪੁਰ ਲੋਧੀ ਨਗਰੀ ਨੂੰ ਸਜਾਇਆ ਜਾ ਰਿਹਾ ਹੈ ਅਤੇ ਇਹਦੀਆਂ ਸੜਕਾਂ ਇਹਦੇ 'ਚ ਨਵੇਂ ਪੁਲ ਬਣ ਰਹੇ ਹੈ, ਇਹਦੀ ਵੇਈ ਨੂੰ ਸਜਾਇਆ ਜਾ ਰਿਹਾ ਹੈ। ਹੁਣੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਆਉਣ ਲੱਗ ਗਈਆਂ ਜਿਹੜੀਆਂ ਕਿ ਖਾਸ ਤੌਰ 'ਤੇ ਪੰਡਾਲ ਨੂੰ ਵੀ ਦੇਖਣ ਆਉਂਦੀਆਂ ਕਿਉਂਕਿ ਪੰਡਾਲ ਜਿਹੜਾ ਬਣ ਰਿਹਾ ਉਹ ਇੱਕ ਖਿੱਚ ਦਾ ਕੇਂਦਰ ਬਣ ਚੁੱਕਿਆ। ਇਸ ਕਰਕੇ ਹਰ ਤਰ੍ਹਾਂ ਦੇ ਪ੍ਰਬੰਧ ਹੈ ਜਿਹੜੇ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ। ਆਉਣ ਵਾਲੇ ਹਫ਼ਤੇ ਦੇ ਵਿੱਚ ਲਗਭਗ ਸਾਰੇ ਪ੍ਰਬੰਧ ਮੁਕੰਮਲ ਹੋ ਜਾਣੇ ਹੈ ਅਤੇ ਸੰਗਤਾਂ ਦਾ ਹੁਣੇ ਤੋਂ ਹੀ ਰਸ਼ ਸ਼ੁਰੂ ਹੋ ਗਿਆ। ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਇਹ ਸਾਰਿਆਂ ਵੱਲੋਂ ਰਲ ਮਿਲ ਕੇ ਪ੍ਰੋਗਰਾਮ ਜਿਹੜਾ ਰਚਾਇਆ ਜਾਣਾ ਅਤੇ ਇਸੇ ਤਰ੍ਹਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਪੂਰੇ ਵਰਲਡ ਦੇ ਗੁਰੂ ਨਾਨਕ ਨਾਮ ਲੇਵਾ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਕਿ ਆਓ ਆਪਾਂ ਸਿੱਖ ਧਰਮ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਸਾਂਝੀ ਵਾਰਤਾ ਦਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਜਿਹੜਾ ਸੰਦੇਸ਼ ਹੈ ਉਸਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਲਈ ਸੁਲਤਾਨਪੁਰ ਲੋਧੀ ਇਕੱਠੇ ਹੋਈਏ। ਇੱਕ ਟ੍ਰਾਇਲ ਰਨ ਜਿੱਦਾਂ ਅਟੈਂਟਸਿਟੀ ਨੇ ਜਾਂ ਆਰ ਜੀ ਪ੍ਰਬੰਧ ਤੁਸੀਂ ਕਰ ਰਹੇ ਹੋ, ਇੱਕ ਟ੍ਰਾਇਲ ਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕਿੱਥੇ ਕਮੀਆਂ ਨੇ, ਕਿੱਥੇ ਟੈਕਨੀਕਲ ਪ੍ਰੋਬਲਮ ਸੀ, ਕਿੱਥੇ ਗੈਪ ਰਹਿ ਗਿਆ, ਉਹ ਹਜੇ ਤੱਕ ਨਹੀਂ ਹੋਇਆ ਬਾਈ? ਇਸ ਤਰ੍ਹਾਂ ਕਿ 23 ਤਰੀਕ ਨੂੰ CM ਸਾਹਿਬ ਇੱਥੇ ਆ ਰਹੇ ਹੈ, 22 ਤਰੀਕ ਨੂੰ ਅਸੀਂ ਟ੍ਰਾਇਲ ਵੀ ਕਰ ਰਹੇ ਹਾਂ। CM ਸਾਹਿਬ ਵੀ ਸਾਰੀਆਂ ਉਹਨਾਂ ਦਾ ਜਾਇਜ਼ਾ ਲੈ ਰਹੇ ਹਾਂ ਅਤੇ ਮੈਂ ਇੱਥੇ ਆਪਣਾ ਕੈਂਪ ਇੱਥੇ ਸਥਾਪਿਤ ਕਰ ਲਿਆ ਐਜ਼ ਮਿਨਿਸਟਰ। ਇੱਥੇ ਦੇ MLA ਸਾਡੇ ਨਾਲ ਹੈ, ਅਫਸਰ ਸਾਹਿਬਾਨ ਸਾਰੇ ਇੱਥੇ ਪਹੁੰਚ ਗਏ ਹੈ ਅਤੇ ਪੂਰੀਆਂ ਤਿਆਰੀਆਂ ਦਾ ਅਸੀਂ ਜਾਇਜ਼ਾ ਲੈ ਰਹੇ ਹਾਂ। ਪੱਕੇ ਤੌਰ 'ਤੇ ਅਸੀਂ ਇੱਥੇ ਰਹਿਣਾ ਹੁਣ ਅਤੇ ਇਹਦੀਆਂ ਤਿਆਰੀਆਂ ਜਿਹੜੀਆਂ ਬਹੁਤ ਵੱਡੇ ਪੱਧਰ 'ਤੇ, 1,000 ਜਿਹੜੇ ਕਰਮਚਾਰੀ ਹੈ ਉਹ ਇੱਥੇ ਲੱਗੇ ਹੈ। ਲੇਕਿਨ ਇਸ ਦੇ ਨਾਲ ਹੀ ਮੈਂ ਸੰਗਤਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਸਭ ਦਾ ਸਾਂਝਾ ਪ੍ਰੋਗਰਾਮ ਹੈ, ਇਹ ਗੁਰੂ ਨਾਨਕ ਦੇ ਘਰ ਦਾ ਪ੍ਰੋਗਰਾਮ ਹੈ। ਆਓ ਸਾਰੇ ਜਣੇ ਇਕੱਠੇ ਹੋ ਕੇ ਮਨਾਈਏ, ਜਿਹੜੀ ਬਾਹਰ ਤੋਂ ਸੰਗਤਾਂ ਆ ਰਹੀਆਂ ਉਹਨਾਂ ਦੀ ਸੇਵਾ ਵਿੱਚ ਲੱਗੀਏ। ਇਹ ਪ੍ਰੋਗਰਾਮ ਸੇਵਾ ਭਾਵਨਾ ਦੇ ਨਾਲ ਹੋਣਾ ਚਾਹੀਦਾ, ਸ਼ਰਧਾ ਦੇ ਨਾਲ ਹੋਣਾ ਚਾਹੀਦਾ, ਬਾਹਰੋਂ ਆਏ ਲੋਕਾਂ ਦਾ ਸਤਿਕਾਰ ਕਰੀਏ। ਦੁਨੀਆ ਭਰ ਤੋਂ ਇੱਥੇ ਬਹੁਤ ਸੰਗਤ ਪਹੁੰਚਣੀ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੀ ਹੈ। ਉਹਨਾਂ ਸਾਰਿਆਂ ਦਾ ਅਸੀਂ ਜਿਹੜੇ ਪੰਜਾਬ 'ਚ ਲੋਕ ਰਹਿ ਰਹੇ ਹੈ ਸਾਡੇ ਵਾਸਤੇ ਇਹ ਧੰਨ ਭਾਗ ਦਾ ਦਿਨ ਹੈ। ਅਸੀਂ ਉਹਨਾਂ ਦਾ ਸਤਿਕਾਰ ਕਰਨ ਵਾਸਤੇ, ਉਹਨਾਂ ਨੂੰ ਸਨਮਾਨ ਕਰਨ ਵਾਸਤੇ, ਉਹਨਾਂ ਨੂੰ ਇੱਥੇ ਫੈਸਿਲੀਟੇਟ ਕਰਨ ਵਾਸਤੇ, ਉਹਨਾਂ ਨੂੰ ਹਰ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਹਦੇ ਵਾਸਤੇ ਸਾਰਾ ਪੰਜਾਬ ਦੀ ਸੰਗਤ ਇਕੱਠੀ ਹੋ ਕੇ ਇਹ ਦਿਨ ਮਨਾਵੇ। ਸਾਂਝੀ ਵਾਰਤਾ ਦੀ ਗੱਲ ਹੋਈ, ਸਿੱਖ ਸੰਗਤ ਥੋੜ੍ਹਾ ਜਿਹਾ ਸਕੂਨ ਮਹਿਸੂਸ ਕਰ ਰਹੀ ਹੈ ਜਿਹੜੀ ਹੁਣ ਅਕਾਲ ਤਖ਼ਤ 'ਤੇ ਤੁਹਾਡੀ ਮੀਟਿੰਗ ਕੀ ਤੋਂ ਹੀ, ਤਾਂ ਉਹਦਾ ਪਾਰਟ ਵੀ ਰਹੇ ਹੋ, ਚੰਗੇ ਰਿਜ਼ਲਟ ਨਿਕਲਣਗੇ 21 ਤੋਂ ਬਾਅਦ? ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਨਿਮਾਣੇ ਸਿੱਖ ਦੇ ਤੌਰ 'ਤੇ ਆਪਣੇ ਆਪ ਨੂੰ ਇੱਕ ਨਿਮਾਣਾ ਸਾਬਤ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਰਪਿਤ ਸਾਰਾ ਕੁਝ ਕਰ ਦਿੱਤਾ ਹੈ। 2 ਦਿਨ ਆਖਰੀ ਜਿਹੜੇ ਸਾਂਝੇ ਪ੍ਰੋਗਰਾਮ ਚੱਲਣੇ ਉਹਦੇ ਵਾਸਤੇ ਇਹ ਜਿੰਨਾ ਪੰਡਾਲ ਸਜਿਆ ਹੈ ਇਹ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਪਣੀ ਸਰਪ੍ਰਸਤੀ ਦੇ ਵਿੱਚ ਇਹ ਪ੍ਰੋਗਰਾਮ ਚਲਾਓ। ਉਮੀਦ ਸਰਕਾਰ ਵੱਲੋਂ ਆਖਰੀ ਸਟੈਪ, ਆਖਰੀ ਹੰਬੜਾ ਮਾਰ ਲਿਆ ਗਿਆ ਹੈ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਗਈ ਹੈ, ਹੁਣ SGPC ਹੈ ਉਹ ਵੀ ਨਿਮਰਤਾ ਦੇ ਵਿੱਚ ਸਿੱਖ ਫਿਲੋਸਫੀ ਨੂੰ ਸਮਝ ਕੇ, ਗੁਰੂ ਨਾਨਕ ਦੇ ਸਾਂਝੀ ਵਾਰਤਾ ਦੇ ਸੁਨੇਹੇ ਨੂੰ ਸਮਝ ਕੇ, ਜੋ ਆਪਾਂ ਨੇ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਦੇਣਾ ਹੈ ਉਸ ਨੂੰ ਸਮਝ ਕੇ ਉਹ ਵੀ ਇਕੱਠਾ ਹੋ ਕੇ ਸਾਰਾ ਮਨਾਵੇ। ਅਸੀਂ ਤਾਂ ਦੂਜੇ ਪਾਸੇ ਕਹਿ ਰਹੇ ਹੋ ਕਿ 21 ਤਰੀਕ ਦੇ ਆਪਾਂ ਉਮੀਦ ਕਰ ਰਹੇ ਹਾਂ ਤਾਂ ਦੇਖੋ ਤਿਆਰੀ ਦੋਵੇਂ ਪਾਸੇ ਚੱਲ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੋਈ ਬਿਆਨਬਾਜ਼ੀ ਨਹੀਂ ਕਰਨੀ, ਇਸ ਕਰਕੇ ਮੈਂ ਇਹਦੇ ਬਾਰੇ ਬਿਲਕੁਲ ਹੀ ਚੁੱਪ ਹੈ। ਹੁਣ ਜੋ ਕਹਿਣਗੇ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਕਹਿਣਗੇ। ਸਾਡੇ ਵੱਲੋਂ ਟੋਟਲ ਸਮਰਪਿਤ ਸਿੱਖ ਕੌਮ ਨੂੰ, ਸਮਾਜ ਨੂੰ ਅਸੀਂ ਸਮਰਪਿਤ ਹੋ ਗਏ ਹਾਂ। ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਹੋ, ਸੁਲਤਾਨਪੁਰ ਨੂੰ ਮਿਲਣ ਜਾ ਰਹੇ ਹੋ, ਸੰਗਤ ਨੂੰ ਕੀ ਅਪੀਲ ਕਰ ਰਹੇ ਹੋ ਕਾਰਪੋਰੇਸ਼ਨ ਨੂੰ? ਬਿਲਕੁਲ ਜੀ, ਸਾਡੇ ਮੰਤਰੀ ਸਾਹਿਬ ਜਿਹੜੇ ਇੰਚਾਰਜ ਆ ਉਹ ਆਏ ਆ, ਉਹਨਾਂ ਨੇ ਸਾਰੇ CM ਸਾਹਿਬ ਦੇ ਦੌਰੇ ਕਰਕੇ ਉਹ ਆਏ ਆ ਔਰ ਸਾਰੇ ਪ੍ਰੋਜੈਕਟ ਇਹਨਾਂ ਨੇ ਦੇਖੇ ਔਰ ਹੁਕਮ ਜਿਹੜੇ ਜਾਰੀ ਕੀਤੇ ਮਹਿਕਮਿਆਂ ਨੂੰ ਵੀ ਕੀ ਜਿਹੜਾ ਚੀਜ਼ ਰਹਿ ਗਈ ਔਰ ਉਹਨੂੰ ਪ੍ਰੋਜੈਕਟ ਕੀ ਮਿਲਣ ਜਾ ਰਹੇ ਸੁਲਤਾਨਪੁਰ? ਪ੍ਰੋਜੈਕਟ ਦੇਖੋ ਜੀ, ਹੁਣ ਪੁਲ ਬਣ ਗਿਆ, ਸੜਕਾਂ ਬਣ ਗਈਆਂ, ਬੱਸ ਸਟੈਂਡ ਬਣ ਗਿਆ, ਪੰਡਾਲ, ਟੈਂਟ ਸਿਟੀਆਂ, ਹੁਣ ਗਿਣ ਲੱਗੀ ਹੈ ਤਾਂ ਕੋਈ ਰਹਿ ਹੀ ਨਹੀਂ ਜਾਣਾ। ਔਰ ਪੰਡਾਲ ਦੀ ਖਾਸ ਕਰਕੇ ਇਹ ਖਾਸੀਅਤ ਆ, ਜਿਹੜਾ ਜਿੰਨਾ ਸੋਹਣਾ
ਬਣ ਰਿਹਾ ਔਰ ਜਿੰਨਾ ਵਧੀਆ ਸੇਵਾ ਜਿੰਨੀ ਕਰ ਸਕਦੇ ਔਰ ਰਾਤ ਨੂੰ ਜਦੋਂ ਲਾਈਟਿੰਗ ਹੋਊਗੀ ਔਰ ਨਨਕਾਣਾ ਸਾਹਿਬ ਦੀ ਤਰਜ਼ 'ਤੇ ਜਿਹੜਾ ਦਿਖੂਗਾ ਔਰ ਲੋਕ ਇਸ ਕਰਕੇ ਬਹੁਤ ਦੇਖਣ ਆ ਰਹੇ ਲੋਕਾਂ ਦੀ ਇੱਕ ਆਖਰੀ ਸਵਾਲ ਹੈ ਅਪੀਲ ਕੀ ਹੈ ਲੋਕ ਹਜੇ ਵੀ ਟ੍ਰੈਫਿਕ ਨੂੰ ਲੈ ਕੇ ਮੋਬਾਈਲ ਦੀ ਨੈਟਵਰਕਿੰਗ ਨੂੰ ਲੈ ਕੇ ਡਾਊਟ 'ਚ ਨੇ ਤੁਹਾਡੇ ਵੱਲ ਕੀ ਪ੍ਰਬੰਧ ਟ੍ਰੈਫਿਕ ਦਾ ਤਾਂ ਦੇਖੋ ਜਿਹੜੀ ਪਾਰਕਿੰਗਾਂ ਬਹੁਤ ਬਾਹਰ ਬਣ ਚੁੱਕੀਆਂ ਆ ਉਹ ਅਸੀਂ ਅੱਗੇ ਜਿਹੜਾ ਇੱਕ ਨੂੰ ਲਾਗੂ ਕਰਨਾ ਸੀ ਹੁਣ 22-23 ਤੋਂ ਬਾਅਦ ਉਹ ਲਾਗੂ ਕਰ ਦੇਣਾ ਗੱਡੀਆਂ ਬਾਹਰ ਆਟੋ ਰਿਕਸ਼ੇ ਈ ਰਿਕਸ਼ਾ ਉਹ ਸਾਰਾ ਪ੍ਰਬੰਧ ਕਰਾਂਗੇ ਔਰ 1-way ਜਿਹੜਾ ਸਾਰਾ ਇਹ ਹੋ ਜਾਣਾ ਸਿਸਟਮ ਜਿਹੜੀ ਉਮੀਦ ਤੋਂ ਵੱਧ ਸੰਗਤ ਆ ਰਹੀ ਆ।